ਸਿੰਘ ਸਾਹਿਬ 40 ਸਾਲ ਦਰਬਾਰ ਸਾਹਿਬ ਦੇ ਹੇਠਾਂ ਗਿਣਤੀ ਫੌਜ ਤੱਕ ਅਤੇ ਜੈਦਾਰ ਅਕਾਲ ਤਖ਼ਤ ਰਹੇ ਔਰ ਉਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਬੜੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਉਹਨਾਂ ਨੇ ਬੜੇ ਦ੍ਰਿੜ ਇਰਾਦੇ ਦੇ ਨਾਲ ਜਿਹੜੀਆਂ ਨੇ ਬਖੂਬੀ ਦੇ ਨਾਲ ਉਹਨਾਂ ਨੂੰ ਉਲਝਣਾਂ ਨੂੰ ਦੂਰ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਮੰਗਲਾ ਚਰਨ ਬਾਰੇ ਵੀ ਗੱਲ ਚੱਲੀ ਟਕਸਾਲ ਨਾਲ, ਉਹਨੂੰ ਵੀ ਬੜੇ ਤਰੀਕੇ ਨਾਲ ਨੇਪਰੇ ਚਾੜਿਆ। ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿਹਰਾ ਨੂੰ ਮਨੋਵਰਤ ਰੱਖੇ, ਉਹਨਾਂ ਨੇ ਅਰਦਾਸ ਕੀਤੀ ਸੀ ਜਿਹੜੀ ਉਹ ਜਿਹੜੀ ਪੂਰੀ ਨਹੀਂ ਕੀਤੀ, ਉਹਨਾਂ ਨੂੰ ਸਜਾਵਾਂ ਦਿੱਤੀਆਂ ਨੇ। ਵਡੇਰਿਆਂ ਦੀ ਧਰਮਸ਼ਾਲਾ ਲੁਧਿਆਣੇ ਦੇ ਵਿੱਚ ਉਹਦਾ ਮਸਲਾ ਆ ਗਿਆ, ਉਹ ਬੜਾ ਬਖੂਬੀ ਨਾਲ ਉਹਨਾਂ ਨੇ ਸੁਲਝਾਇਆ। ਉਸ ਤੋਂ ਬਾਅਦ ਦਿੱਲੀ ਸੀਸਗੜ੍ਹ ਸਾਹਿਬ ਨੂੰ ਜਿੰਦਰੇ ਲੱਗ ਗਏ। ਬੀਬੀ ਰਣਦੇਵ ਕੌਰ ਅਤੇ ਜੈਦਾਰ ਸੰਤੋਖ ਸਿੰਘ ਦਾ ਆਪਸ ਵਿੱਚ ਝਗੜਾ ਸੀ, ਉਹਦੇ ਵਿੱਚ 5 ਜੈਦਾਰ ਇਕੱਠੇ ਹੋ ਕੇ ਉੱਥੇ ਗਏ, ਉੱਥੇ ਆ ਕੇ ਜਿੰਦਰੇ ਤੋੜੇ, ਸੀਸਗੜ੍ਹ ਸਾਹਿਬ ਦਾ ਗੁਰਦੁਆਰਾ ਖਿਲਾਇਆ। ਉਹਦੇ ਵਿੱਚ ਬੀਬੀ ਇੰਦਰਾ ਗਾਂਧੀ ਨੇ ਇਹਨਾਂ ਨੂੰ 5 ਜਥੇਦਾਰਾਂ ਨੂੰ ਇੰਚਾਰਜ ਬਣਾ ਕੇ ਉਹਨਾਂ ਦਾ ਪੀ ਏ ਧੌਣ ਨੂੰ ਭੇਜਿਆ। ਇਹਨਾਂ ਨੇ 11 ਮੈਂਬਰੀ ਕਮੇਟੀ ਬਣਾ ਕੇ, ਬੋਰਡ ਬਣਾ ਕੇ ਉੱਥੇ ਦੀ ਕਾਨੂੰਨ ਬਣਾ ਕੇ ਇਲੈਕਸ਼ਨ ਦਾ, ਅਤੇ ਉਹਦੀ ਇਲੈਕਸ਼ਨ ਕਰਾਈ ਅਤੇ ਉੱਥੇ ਪ੍ਰਧਾਨ ਬਣਿਆ, ਲੋਕਤੰਤਰ ਤਰੀਕੇ ਦੇ ਨਾਲ ਕੰਮ ਚਾਲੂ ਕਰਾਇਆ। ਇਸ ਤੋਂ ਇਲਾਵਾ ਹੋਰ ਵੀ ਅਹਿਮ ਮਸਲੇ ਆਏ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਨੇ ਬਾਖੂਬੀ ਦੇ ਨਾਲ ਜਿਹੜੇ ਨੇ ਨਿਭਾਏ ਨੇ। ਬਾਬਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਬਾਰੇ ਆ, ਸਿੰਘ ਸਾਹਿਬ ਆਪ ਜੀ ਨਾਲ ਕੋਈ ਵਿਚਾਰ ਕਰਦੇ ਹੋਣੇ ਨੇ? ਹਾਂਜੀ, ਬਹੁਤ ਕੀਤੀ ਹੈ, ਬਹੁਤ ਕੁਝ ਪਤਾ ਮੈਂ। ਹਾਂਜੀ, ਜੋ ਉਹਨਾਂ ਬਾਰੇ ਜਾਣਕਾਰੀ ਉਹ ਦੱਸਿਓ। ਸੰਤ ਬਾਬਾ ਪ੍ਰੇਮ ਸਿੰਘ ਜੀ ਛੋਟੀ ਉਮਰ ਦੇ ਵਿੱਚ ਹੀ ਨਾ, ਅੱਛਾ ਜੀ, ਉਹਨਾਂ ਦਾ ਖੋੜੀ ਦੂਨਾ ਸਿੰਘ ਪਿੰਡ ਸੀਗਾ ਸੰਤਾਂ ਦਾ। ਠੀਕ ਹੈ ਜੀ। ਅਤੇ ਉਹ ਸੰਤ ਬਾਬਾ ਬਿਸ਼ਨ ਸਿੰਘ ਜੀ, ਹਾਂਜੀ, ਮੁਰਾਲੇ ਵਾਲੇ, ਉਹਨਾਂ ਦੇ ਕੋਲ ਚਲੇ ਗਏ ਨੇ। ਉਹ ਕਿਤਾਬਾਂ 'ਚ ਵੀ ਲਿਖਿਆ, ਹਾਂਜੀ, ਕਿ ਕੋਈ ਉਹਨਾਂ ਕੱਪੜਾ ਵੇਚਣ ਵਾਲਾ ਸੀਗਾ, ਕੋਈ ਫੇਰੀ ਲਾਉਣ ਵਾਲਾ, ਉਹ ਨਾਲ ਲੈ ਕੇ ਉੱਥੇ ਉੱਥੇ ਸੇਵਾ ਕੀਤੀ ਹੈ। ਉਹ ਸੇਵਾ ਦੇ ਦੌਰਾਨ ਦੇ ਵਿੱਚ ਹੀ ਪਿਤਾ ਜੀ ਸਿੰਘ ਸਾਹਿਬ ਯਾਨੀ ਕੇ ਸਿੰਘ ਬੜੀ ਛੋਟੀ ਉਮਰ 'ਚ, ਉਹ ਪਿਤਾ ਜੀ ਜਿਹੜੀ ਉਮਰ ਸੀ ਉਹ 100 ਸਾਲ ਹੋ ਕੇ ਗੁਜ਼ਾਰਾ ਕੀਤਾ ਉਹਨਾਂ ਨੇ ਸਿੰਘ ਸਾਹਿਬ ਦੇ। ਹਾਂਜੀ, ਪੂਰੇ 1901 'ਚ ਉਹਨਾਂ ਦਾ ਬਰਥ ਹੋਇਆ ਅਤੇ 2000 ਦੇ ਵਿੱਚ ਉਹਨਾਂ ਦੀ ਡੈਥ ਹੋਈ। ਠੀਕ ਹੈ। ਅਤੇ ਉਹਦੇ ਵਿੱਚ ਇਹਨਾਂ ਨੇ ਕੋਈ ਕਮ ਸੇ ਕਮ 25-30 ਸਾਲ ਸੰਤਾਂ ਦੇ ਨਾਲ ਲਾਏ, ਸੰਤਾਂ ਨਾਲ ਰਹੇ। ਹਾਂਜੀ, ਉੱਥੇ ਰਹੇ, ਉੱਥੋਂ ਹੀ ਵਿੱਦਿਆ ਲਈ ਹੈ, ਉੱਥੋਂ ਹੀ ਮਹਾਂਪੁਰਖਾਂ ਕੋਈ ਵਿੱਦਿਆ ਲਈ ਹੈ ਨਾ, ਉਹਨਾਂ ਨੇ ਇਹਨਾਂ ਨੂੰ ਪੂਰਾ ਰੱਖਿਆ, ਉਹਨਾਂ ਕੋਲ ਵਿੱਦਿਆ ਲੈ ਕੇ। ਔਰ ਉਹ ਚਾਹੁੰਦੇ ਸੀ ਕਿ ਸਾਡੀ ਲਬਾਣਾ ਬਰਾਦਰੀ ਦੇ ਵਿੱਚ ਕੋਈ ਇਹੋ ਜਿਹਾ ਪ੍ਰਚਾਰਕ ਚਾਹੀਦਾ ਜਿਹੜਾ ਕਿ ਮੇਰੀ ਜਗ੍ਹਾ 'ਤੇ ਜਾ ਕੇ ਉਹ ਪਿੰਡਾਂ 'ਚ ਪ੍ਰਚਾਰ ਕਰ ਸਕੀ ਦਾ ਪ੍ਰਸਾਰ ਹੋ ਸਕੇ। ਉਹਨਾਂ ਨੇ ਸੰਤ ਬਾਬਾ ਸੁੰਦਰ ਸਿੰਘ ਪਿੰਡਰਾਲਿਆਂ ਕੋਲ ਭੇਜਿਆ, ਉਹਨਾਂ ਦੇ ਪਹਿਲੇ ਵਿਦਿਆਰਥੀ ਰਹੇ ਨੇ। ਸੰਤ ਅਮੀਰ ਸਿੰਘ ਜੀ ਉਹਨਾਂ ਦੇ ਕੋਲ ਰਹੇ ਨੇ ਸੱਤੋ ਵਾਲੀ ਗਲੀ। ਸੰਤ ਬਾਬਾ ਸ਼ਾਮ ਸਿੰਘ, ਸੰਤ ਬਾਬਾ ਉੱਤਮ ਸਿੰਘ, ਹਰੀਮੰਤ ਨਾਰਾਇਣ ਸਿੰਘ ਜੀ, ਇਹਨਾਂ ਸਾਰਿਆਂ ਕੋਲੋਂ ਉਹ ਪੜ੍ਹਾਈ ਕੀਤੀ ਹੈ। ਔਰ 2 ਵਾਰੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਸੰਤ ਬਾਬਾ ਸੁੰਦਰ ਸਿੰਘ ਰਾਣਾ ਦੇ ਕੋਲ ਰਹਿ ਕੇ ਪੋਥੀਆਂ ਸਿਰ 'ਤੇ ਚੁੱਕ ਕੇ ਪਿੰਡਾਂ ਪਿੰਡਾਂ 'ਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸ਼ਬਦ ਅਰਥ ਜਿਹੜੇ ਨੇ ਉਹ ਸਾਰੇ ਕੀਤੇ ਉਹਨਾਂ ਨੇ। ਉਹ ਸੰਤਾਂ ਨੇ ਕੋਈ ਐਸੇ ਕੌਤਕ ਜਿਹੜੇ ਤੁਹਾਨੂੰ ਸਿੰਘ ਸਾਹਿਬ ਨੇ ਦੱਸੇ ਹੋਣ, ਜਿਹੜੇ ਮਹਾਂਪੁਰਖਾਂ ਨੇ ਕੀਤੇ? ਉਹ ਕਹਿੰਦਾ ਜੀ ਜੋ ਉਹ ਸੰਤ ਕਹਿੰਦੇ ਸੀ ਨਾ ਉਹ ਹੋ ਜਾਂਦਾ ਸੀ। ਕੋਈ ਤੁਹਾਨੂੰ ਯਾਦ ਹੋਵੇ? ਦੇਖੋ, ਸੰਤ ਜਿਹੜੇ ਨੇ ਉਹ ਜਿਹੜਾ ਚੱਕੀ ਚੱਲਣ ਵਾਲਾ ਇਤਿਹਾਸ ਹੈ ਜਿਹੜਾ ਮੈਂ ਦੱਸਣਾ ਜੀ, ਸੰਤ ਜਿਹੜੇ ਨੇ ਉਹ ਲੰਗਰ 'ਚ ਸੇਵਾ ਕਰਦੇ ਸੀ, ਸਿਰੇ ਉਹ ਆਪ ਕੀਰਤਨ ਕਰਦੇ ਸੀ ਆਸਾ ਜੀ ਦੀ ਵਾਰ। ਅੱਛਾ ਜੀ। ਜਿਹੜਾ ਕੜਾਹ ਪ੍ਰਸ਼ਾਦੀ ਦੇਗ ਉੱਤੇ ਆਟਾ ਤਿਆਰ ਹੁੰਦਾ ਸੀ ਨਾ, ਉਹ ਕਣਕ ਆਪ ਪੀਂਦੇ ਸੀ, ਮਹਾਂਪੁਰਖ ਮਹਾਂਪੁਰਖ ਆਪ ਸਿਰੇ ਪੀਂਦੇ ਸੀ। ਠੀਕ ਹੈ।
ਔਰ ਉਹਨਾਂ ਦੇ ਹੁੰਦਿਆਂ ਹੀ ਅੱਛਾ ਜਦੋਂ ਅੰਮ੍ਰਿਤ ਵੇਲੇ ਉੱਠੇ ਨੇ ਪਿਤਾ ਜੀ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਸੀ ਸੰਤਾਂ ਨੂੰ ਤੁਹਾਡੇ ਪਿਤਾ ਹਾਂ ਉਹੀ ਇਸ਼ਨਾਨ ਸਿਰੇ ਕਰਾਉਂਦੇ ਸੀਗੇ ਠੀਕ ਹੈ ਅਤੇ ਖੂਹ 'ਚੋਂ ਪਾਣੀ ਕੱਢ ਕੇ ਅਤੇ ਉਹ ਖੂਹ ਅਜੇ ਤੱਕ ਮੌਜੂਦ ਹੈ ਉੱਥੇ ਪਾਕਿਸਤਾਨ ਦੇ ਵਿੱਚ ਠੀਕ ਮਰਾਲੇ ਪਾਣੀ ਕੱਢ ਕੇ ਉਹਨਾਂ ਨੇ ਇਸ਼ਨਾਨ ਕਰਾਉਣਾ ਇਹਨਾਂ ਨੇ ਲੰਗਰ ਤਿਆਰ ਕਰਵਾਉਣਾ ਕਰਵਾਉਣਾ ਸਾਰਾ ਕੁਝ ਉੱਥੇ ਸੇਵਾ ਸੁਭਾ ਕਰਨੀ ਫਿਰ ਇਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕਰਨਾ ਸੰਤਾਂ ਨੇ ਕੀਰਤਨ ਕਰਨਾ ਫਿਰ ਇਹਨਾਂ ਨੇ ਵਿਆਖਿਆ ਕਰਨੀ ਸਿੰਘ ਸਾਹਿਬ ਨੇ ਉਹਦੇ ਸ਼ਬਦ ਦੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਸਹੀ ਵਾਰ ਦੇ ਭੁੱਖ ਤੋਂ ਬਾਅਦ ਸਮਾਪਤੀ ਹੁੰਦੀ ਸੀ ਅਤੇ ਉੱਥੇ ਰਹਿੰਦੇ ਸੰਤ ਜਿਹੜੇ ਨੇ ਬਹੁਤ ਸਿਆਣੇ ਸਨ ਉਹ ਮਰਾਲੇ ਦੇ ਵਿੱਚ ਇੱਕ ਮੁਸਲਿਮ ਫੈਮਿਲੀ ਦੇ ਵਿੱਚੋਂ ਚੌਧਰੀ ਫਜ਼ਲ ਆਈ ਸੀ ਇਹਨਾਂ ਨੂੰ ਸੰਤਾਂ ਨੇ ਪੜ੍ਹਾਇਆ ਅੱਛਾ ਉਹਨੂੰ ਵਕਾਲਤ ਕਰਾਈ ਅਤੇ ਉਹ ਵਕਾਲਤ ਤੋਂ ਬਾਅਦ ਸੰਤਾਂ ਦਾ ਸਾਰਾ ਹਿਸਾਬ ਕਿਤਾਬ ਉਹ ਰੱਖਦੇ ਸੰਤਾਂ ਦਾ ਬਹੁਤ ਪਿਆਰ ਸੀ ਠੀਕ ਹੈ ਜਦੋਂ ਪਹਿਲੀ ਇਲੈਕਸ਼ਨ ਹੋਈ ਹੈ ਉਦੋਂ ਸੰਤਾਂ ਸੰਤ ਵੀ ਖੜ੍ਹੇ ਹੋਏ ਅਤੇ ਚੌਧਰੀ ਫਜ਼ਲਾਈ ਖੜ੍ਹਾ ਹੋਇਆ ਸੰਤ ਸਰਗੋਧੇ ਤੋਂ ਖੜ੍ਹੇ ਹੋਏ ਚੌਧਰੀ ਫਜ਼ਲਾਈ ਗੁਜਰਾਤ ਤੋਂ ਖੜ੍ਹਾ ਹੋਇਆ ਦੋ MLA ਬਣੇ ਸੀ ਅੱਛਾ ਜੀ ਸੰਤ ਜਿਹੜੇ ਨੇ ਉਹ 10 ਸਾਲ MLA ਰਹੇ ਅੱਛਾ ਇਧਰ ਆਣ ਕੇ ਵੀ MLA ਸਨ ਅਤੇ ਚੌਧਰੀ ਫਜ਼ਲਾਈ ਜਿਹੜਾ ਹੈ ਉਹ ਹਿਸਾਬ ਕਿਤਾਬ ਕਰਦਾ ਸੀ ਉਹ MLA ਬਣਿਆ ਉਸ ਤੋਂ ਬਾਅਦ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਅੱਛਾ ਅਤੇ ਉਹ ਸੰਤਾਂ ਨੂੰ ਉੱਥੋਂ ਕੱਢ ਕੇ ਪੂਰੇ ਕਾਫਲੇ ਦੇ ਨਾਲ ਗੱਡੀਆਂ ਚੱਕ ਦੇ ਕੇ ਅਤੇ ਲੈ ਕੇ ਅੰਮ੍ਰਿਤਸਰ ਪਹੁੰਚਾਇਆ ਉਹਨੇ ਵਾਹਗਾ ਬਾਰਡਰ ਕਰਾਉਣ ਚੌਧਰੀ ਫਜ਼ਲਾਈ ਚੌਧਰੀ ਫਜ਼ਲਾਈ ਅੱਛਾ ਉਸ ਟਾਈਮ ਉਹ ਕੀ ਪੋਸਟ ਸੀ ਉਹਨਾਂ ਦੀ ਉਸ ਟਾਈਮ ਤੋਂ MLA ਸਨ ਚੌਧਰੀ ਫਜ਼ਲਾਈ ਚੌਧਰੀ ਫਜ਼ਲਾਈ ਇਹ ਵੀ ਸੰਤ ਵੀ MLA ਸਨ ਉਹ ਵੀ MLA ਸੀ ਅੱਛਾ ਆਰਮੀ ਲਾ ਕੇ ਨਾਲ ਇਹਨਾਂ ਨੂੰ ਲੈ ਕੇ ਅਤੇ ਬਾਰਡਰ ਕਰੋਸ ਕਰਾਇਆ ਠੀਕ ਹੈ ਅਤੇ ਚੌਧਰੀ ਫਜ਼ਲਾਈ ਨਾਲ ਮੇਰੀ ਮੁਲਾਕਾਤ 1982 'ਚ ਹੋਈ ਤੁਹਾਡੀ ਹਾਂਜੀ ਮੁਲਾਕਾਤ ਹੋਈ ਹਾਂਜੀ ਹਾਂਜੀ 1982 'ਚ ਹੋਈ ਠੀਕ ਮੈਂ ਪਾਕਿਸਤਾਨ ਗਿਆ ਸਾਂ ਪਿਤਾ ਜੀ ਨੂੰ ਪੁੱਛਿਆ ਮੈਂ ਕਿਹਾ ਜੀ ਮੈਂ ਜਾਣਾ ਮਰਾਲੇ SP ਮਿਲਿਆ ਮੈਨੂੰ ਉਹਨੇ ਕਿਹਾ ਵੀ ਮੈਂ ਮਿਲਾ ਦਿੰਦਾ ਨਾਂ ਪੁੱਛ ਕੇ ਉਹ ਕਿਹਨੂੰ ਮਿਲਿਆ ਜੋ ਪਿਤਾ ਜੀ ਨੇ ਨਾਂ ਦੱਸਿਆ ਉਹਨੂੰ ਦੱਸਿਆ ਉਹ ਖੜ੍ਹਾ ਉਹ ਕਹਿੰਦਾ ਸਾਡਾ ਸਦਰੇ ਪਾਕਿਸਤਾਨ ਉਹ ਮਿਲਿਆ ਉਹ ਉਹਨਾਂ ਦਾ ਲੜਕਾ ਇੱਕ AIG ਸਿਲੈਕਟ ਹੋਇਆ ਸੀ ਪੁਲਿਸ ਦੇ ਵਿੱਚ ਕਿਹਨਾਂ ਦਾ ਚੌਧਰੀ ਫਜ਼ਲਾਈ ਦਾ ਅੱਛਾ ਜੀ ਲਾਹੌਰ ਸੀਗਾ ਅਸੈਂਬਲੀ 'ਚ ਠੀਕ ਹੈ ਉਸ ਟਾਈਮ ਕੀ ਪੋਸਟ ਸੀ ਚੌਧਰੀ ਫਜ਼ਲਾਈ ਦੀ ਉਸ ਵੇਲੇ ਰਾਸ਼ਟਰਪਤੀ ਸੀ ਅੱਛਾ ਰਾਸ਼ਟਰਪਤੀ ਰਾਸ਼ਟਰਪਤੀ ਅਤੇ ਅਸੀਂ ਜਦੋਂ ਗਏ ਹਾਂ ਉਹਨਾਂ ਦੇ ਸੈਕਟਰੀਏਟ 'ਚ ਹੋਮ ਸੈਕਟਰੀ ਨੂੰ ਮਿਲਣ ਲਈ ਉਹ ਅੱਗੇ ਬਕਾਇਦਾ ਦਰਬਾਨ ਆਏ ਬੜੇ ਰਿਸਪੈਕਟ ਦੇ ਕੇ ਸੂਟ ਮਾਰ ਕੇ ਮੈਨੂੰ ਲੈ ਕੇ ਗਏ ਅੱਛਾ ਉਹਦੇ ਕੋਲ ਬੈਠੇ ਉਹਨਾਂ ਨੇ ਫਿਰ ਉਹਨਾਂ ਦੇ ਲੜਕੇ ਨੂੰ ਬੁਲਾ ਲਿਆ ਉਹ ਵੀ ਸੈਕਟਰੀਏਟ 'ਚ ਸੀ ਚੌਧਰੀ ਸਾਹਿਬ ਪਹਿਲਾਂ ਮਿਲੇ ਤੁਹਾਨੂੰ ਨਾ ਜੀ ਨਾ ਜੀ ਚੌਧਰੀ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋਈ ਇਹ ਤਾਂ ਉਹਨਾਂ ਦੇ ਲੜਕੇ ਨਾਲ ਹੋਈ ਅਤੇ ਆਪਣਾ ਹੋਮ ਸੈਕਟਰੀ ਨਾਲ ਹੋਈ ਠੀਕ ਉਹ ਜਦੋਂ ਜੱਫੀ ਪਾ ਕੇ ਮਿਲੇ ਤਾਂ ਹੋਮ ਸੈਕਟਰੀ ਉਹਨੂੰ ਕਹਿੰਦਾ ਤੁਸੀਂ ਇਸੇ ਪੁਰਾਣੇ ਜਾਣਦੇ ਹੋ ਕਹਿੰਦਾ ਜੀ ਕੋਈ ਫੈਮਿਲੀ ਹੈ ਜਿਹਨਾਂ ਬਾਰੇ ਸਾਡੇ ਘਰ 'ਚ ਚਰਚਾ ਹੁੰਦੀ ਹੈ ਉਹ ਹੈ ਭਾਈ ਕੇਸ ਸਿੰਘ ਸੰਤ ਬਾਬਾ ਮਨਤ ਪ੍ਰੇਮ ਸਿੰਘ ਕਹਿੰਦੇ ਮਨਤ ਪ੍ਰੇਮ ਸਿੰਘ ਹੋਰਾਂ ਨੇ ਸ਼ਾਦੀ ਨਹੀਂ ਸੀ ਕਰਾਈ ਅਤੇ ਇਸ ਕਰਕੇ ਭਾਈ ਕੇਸ ਸਿੰਘ ਦਾ ਪਰਿਵਾਰ ਹੈ ਹੋਰ ਸਾਨੂੰ ਕੋਈ ਮਿਲ ਨਹੀਂ ਸਕਦਾ ਉਹੀ ਉਹਨਾਂ 'ਚੋਂ ਆਇਆ ਹੋਊਗਾ ਮੈਂ ਕਿਹਾ ਜੀ ਹਾਂਜੀ ਮੈਂ ਉਹਨਾਂ ਦਾ ਲੜਕਾ ਹੀ ਸਿੰਘ ਸਾਹਿਬ ਦਾ ਬੈਠੇ ਚਾਹ ਚੂ ਪੀਤੀ ਮੁੜ ਕੇ ਉਹ ਘਰ ਲੈ ਕੇ ਆਇਆ ਆਪਣੇ ਬੱਚਿਆਂ ਨੂੰ ਬੁਲਾਇਆ ਘਰ ਦੀ ਬੁਲਾਇਆ ਭਰਾ ਮੰਗਾ ਲਏ ਉੱਥੋਂ ਅਗਲੇ ਦਿਨ ਸਵੇਰੇ ਪ੍ਰੋਗਰਾਮ ਬਣ ਗਿਆ ਮਰਾਲੇ ਜਾਣ ਦਾ ਸਭ ਲੋਰੋਂ ਚੌਧਰੀ ਸਾਹਿਬ ਅਜੇ ਵੀ ਨਹੀਂ ਮਿਲੇ ਤਾਂ ਅਸੀਂ ਫਿਰ ਅਗਲੇ ਦਿਨ ਮਰਾਲੇ ਗਏ ਮਰਾਲੇ ਜਾ ਕੇ ਉੱਥੇ ਅਸੀਂ ਰਾਤ ਰਹੇ ਹਾਂ ਰੋਟੀ ਰੁਟੀ ਖਾਧੀ ਹੈ ਅਗਲੇ ਦਿਨ ਸਵੇਰੇ
ਮੇਰੇ ਦਾਦਕੇ ਨੇ ਪਕੜਿਆ ਨਹੀਂ। ਅੱਛਾ ਜੀ। ਮੈਂ ਉਹਨਾਂ ਨੇ ਗੱਡੀ ਲੈ ਕੇ ਮੈਨੂੰ ਆਪ ਪਕੜੇ ਵਾਲੀ ਛੱਡ ਕੇ ਉੱਥੇ ਮੈਸਮ ਪਿੰਡ ਹੈ ਉੱਥੇ ਸੜਕ ਜਾਂਦੀ ਹੈ ਉੱਥੇ ਛੱਡ ਕੇ ਮੈਂ ਪਿੰਡ ਚਲੇ ਗਿਆ ਅਤੇ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਆਉਣਾ ਹੋਊਗਾ ਗਨ ਮੈਨ ਭੇਜ ਦਾਂ ਗੱਡੀ ਭੇਜ ਦਾਂਗੇ ਤੁਸੀਂ ਆ ਜਾਓ। ਠੀਕ ਹੈ। ਉੱਥੇ ਮੈਂ ਸਾਰਿਆਂ ਨੂੰ ਮਿਲਿਆ ਪਿਤਾ ਜੀ ਦੇ ਦੋਸਤ ਸਨ ਹੋਰ ਬਜ਼ੁਰਗ ਸਨ ਅਤੇ ਸ਼ਾਮ ਨੂੰ ਉਹਨਾਂ ਦੇ ਗਨਮੈਨ ਆ ਗਏ ਕਹਿੰਦੇ ਜੀ ਸਦਰੇ ਪਾਕਿਸਤਾਨ ਆ ਗਏ ਨੇ ਅਤੇ ਚਲੀਏ ਜਲਦੀ। ਉੱਥੋਂ ਹੀ ਸ਼ਾਮ ਨੂੰ 5-6 ਵਜੇ ਨਿਕਲਿਆ। 20-25 ਕਿਲੋਮੀਟਰ ਦਾ ਸਫ਼ਰ ਸੀਗਾ ਅਤੇ ਅਸੀਂ ਮਰਾਲੇ ਪਿੰਡ ਆ ਗਏ। ਚੌਧਰੀ ਸਾਹਿਬ ਮਿਲੇ ਮੈਨੂੰ ਗੱਲ ਲੱਗ ਕੇ ਅੱਧਾ ਘੰਟਾ ਰੋਂਦੇ ਰਹੇ ਉੱਥੇ ਔਰ ਬਹੁਤ ਜ਼ਿਆਦਾ ਉਹਨਾਂ ਨੇ ਮਰਾਲੇ ਆ ਕੇ ਮਿਲਣਾ ਮਰਾਲੇ ਉੱਥੋਂ ਇਸਲਾਮਾਬਾਦ। ਠੀਕ ਹੈ। ਅਤੇ ਅਸੀਂ ਬੈਠੇ ਉਹਨਾਂ ਦੇ ਲੜਕੇ ਵੀ ਬੈਠੇ ਸੀ ਆਈ ਜੀ ਸਾਹਿਬ ਵੀ ਬੈਠੇ ਸੀ ਸਾਰੇ ਰਾਤੀ ਰੋਟੀ ਅੱਧਾ ਘੰਟਾ ਰੋਂਦੇ ਰਹੇ ਕਿਉਂ ਯਾਦ ਪਿਤਾ ਜੀ ਦੀ ਸੰਤਾਂ ਦੀ ਹਾਂਜੀ ਆ। ਉਸ ਤੋਂ ਬਾਅਦ ਉਹਨਾਂ ਨੇ ਸੰਤਾਂ ਦੀ ਹਵੇਲੀ ਵਿਖਾਈ ਸਾਰਾ ਕੁਝ ਵਿਖਾਇਆ ਇਹ ਚੀਜ਼ ਹੈ ਵੇਖੀਏ ਤੂੰ ਮੁੜ ਕੇ ਉਹ ਲੜਕੇ ਸਾਨੂੰ ਨਾਲ ਖਾਈਆਂ ਤਹਿਸੀਲ ਹੈ ਉੱਥੇ ਆ ਕੇ ਵੀ ਉੱਥੇ ਸੌਂ ਆਰਾਮ ਦੇ ਨਾਲ ਚੌਵੀ ਸਾਲ ਰਾਤ ਨੂੰ 2:30 ਵਜੇ ਉੱਠ ਕੇ ਫਿਰ ਆ ਗਏ ਮੇਰੇ ਕੋਲ ਉੱਥੇ ਖਾਰੀਆਂ ਉੱਥੋਂ ਕੋਈ 20 ਕਿਲੋਮੀਟਰ। ਕਹਿੰਦੇ ਉਹ ਕਾਕਾ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਭਰਾ ਦਾ ਸ਼ੀਸ਼ ਦਾ ਫਰਜੰਦ ਹੈ ਮੈਨੂੰ ਚੌਧਰੀ ਸਾਹਿਬ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਉਹ ਮੇਰੇ ਕੋਲ ਬਹਿ ਗਏ ਘੰਟਾ ਡੇਢ ਗੱਲਾਂ ਕਰਦੇ ਰਹੇ। ਉਹਨਾਂ ਨੇ ਮੇਰਾ ਟੂਰ ਬਣਾ ਲਿਆ ਮੁੜ ਕੇ ਸਰਕਾਰੀ 5 ਦਿਨ ਦਾ ਮਰੀ ਹਿੱਲ ਸਟੇਸ਼ਨ ਹੈ ਇਸਲਾਮਾਬਾਦ ਦੇ ਨਾਲ ਔਰ ਇੱਕ ਚਿੱਠੀ ਲਿਖੀ ਉਹਨਾਂ ਨੇ ਭਾਈ ਚੇਤ ਸਿੰਘ ਤੇਰਾ ਕੈਸਾ ਹੁਨਰ ਪੁੱਤਰ ਮੈਨੂੰ ਮਿਲਿਆ ਜਿਹਨੇ ਤੇਰੀ ਮੇਰੀ 30-32 ਸਾਲ ਦੀ ਯਾਦ ਨੂੰ ਤਾਜ਼ਾ ਕਰ ਚਿੱਠੀ ਲਿਖੀ। ਅਸੀਂ ਮੁੜ ਕੇ ਮਰੀ ਹਿੱਲ ਸਟੇਸ਼ਨ 'ਤੇ ਉਹਨਾਂ ਦੇ ਪਰਿਵਾਰ ਬੱਚੇ ਨਾਲ ਚਲੇ ਗਏ। ਉਹਨਾਂ ਨੇ ਕਿਰਾਇਆ ਘੁਮਾਇਆ ਫਿਰਾਇਆ ਫਿਰ ਉਹ ਪਰਿਵਾਰ ਮੈਨੂੰ ਲਾਹੌਰ ਵਾਹਗਾ ਬਾਰਡਰ ਤੱਕ ਛੱਡਣ ਆਇਆ। ਪਿਤਾ ਜੀ ਨੂੰ ਚਿੱਠੀ ਦਿੱਤੀ ਇਹ ਵੀ ਰੋਂਦੇ ਰਹੇ ਵੇਖਦੇ ਰਹੇ ਸਾਰਾ। ਉਸ ਤੋਂ ਬਾਅਦ ਮੇਰਾ ਉਦੋਂ ਇੱਕ ਲੜਕਾ ਉਹਨਾਂ ਦਾ MLA ਸੀ ਚੌਧਰੀ ਸਾਹਿਬ ਚੌਧਰੀ ਸਾਹਿਬ ਦਾ ਬਸ਼ੀਰ ਅਤੇ ਇੱਕ AIG ਸੀ ਅਤੇ ਇੱਕ ਬ੍ਰਿਗੇਡੀਅਰ ਸੀ ਇੱਕ ਡਾਕਟਰ ਸੀ ਸਾਰੇ ਮੈਨੂੰ ਮਿਲੇ। ਉਹ ਫਿਰ 2005 ਦੇ ਵਿੱਚ ਦੁਬਾਰਾ ਮੈਂ ਗਿਆ ਉਸ ਅਰਸੇ 'ਚ 2005 4 'ਚ ਗਿਆ ਪਤਾ ਨਹੀਂ 5 'ਚ ਗਿਆ। ਉਦੋਂ ਅਸੀਂ 50 ਤੋਂ ਨਿਕਲ ਆਉਂਦੇ ਪਏ ਅਤੇ ਮੇਰੇ ਅੱਗੇ ਫਲੈਂਕ ਸਕਾਡ ਸੀ ਉਹਨਾਂ ਨੂੰ ਮੈਂ ਕਿਹਾ ਯਾਰ ਚੌਧਰੀ ਫਜ਼ਲਾਈ ਸਾਹਿਬ ਦਾ ਲੜਕਾ ਬਸ਼ੀਰ ਹੈ ਉਹਨੂੰ ਮਿਲਣਾ। ਕਹਿੰਦੇ ਜੀ ਉਹ ਤਾਂ ਅੱਲਾ ਪਾਕ ਹੋ ਗਏ ਨੇ ਉਹਨਾਂ ਦਾ ਲੜਕਾ ਕੀ ਨਾ ਮਿਲੇ ਉਹਦਾ ਚੌਧਰੀ ਸਾਹਿਬ ਦੇ ਪੋਤਰੇ ਦਾ ਹਾਂ ਉਹ ਇਰਫਾਨ ਹਾਂਜੀ ਉਹ ਕਹਿੰਦੇ ਉਹ ਇੱਥੇ ਹੀ ਨੇ ਅਤੇ ਤੁਹਾਨੂੰ ਮੈਂ ਮਿਲਾ ਦਿੰਦਾ। ਉਹ ਉਹਨੇ ਆਵਾਜ਼ ਮਾਰੀ ਚੌਧਰੀ ਸਾਹਿਬ ਮੈਨੂੰ ਉਹਨੇ ਦੂਰੋਂ ਵੇਖ ਕਹਿੰਦਾ ਚਾਚਾ ਇਸਲਾਮਾ ਇਸਲਾਮ ਵਾਹਿਗੁਰੂ। ਉਹਨਾਂ ਨੇ ਫਲੈਗ ਲੈਣ ਕਿਹਾ ਜੀ ਤੁਹਾਡੇ ਰਿਜ਼ੋਰਟ 'ਤੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਚਾਹ ਪਿਆ। ਉਹਨੇ ਕਿਹਾ ਕਿੰਨੇ ਬੰਦੇ ਨੇ ਉਹਨੇ ਕਿਹਾ 150 ਬੰਦੇ। ਉਹਨੇ ਆਪਣੇ ਰਿਜ਼ੋਰਟ ਦਾ ਇੰਤਜ਼ਾਮ ਕੀਤਾ ਸਾਰਿਆਂ ਨੂੰ ਚਾਹ ਚੁੱਕ ਪਿਆਈ ਮੈਨੂੰ ਗੱਡੀ 'ਤੇ ਬਿਠਾਇਆ ਪਿੰਡਾਂ ਗਏ ਪਿੰਡਾਂ ਗਏ ਚੌਧਰੀ ਸਾਹਿਬ ਜਮੀਸ ਨੂੰ ਮਿਲੇ ਅਤੇ ਚੌਧਰੀ ਸਾਹਿਬ ਵੀ ਉਦੋਂ ਚੜ੍ਹਾਈ ਕਰਕੇ ਹੋਏ ਸਨ ਉਹ ਪਰਿਵਾਰ ਮਿਲਿਆ ਉੱਥੋਂ ਤੁਰਨ ਲੱਗਿਆ। ਫਿਰ ਉਹਨਾਂ ਨੇ ਲੜਕਾ ਉਹਨੂੰ IG ਹੋ ਗਿਆ ਸੀ ਲਾਹੌਰ ਫਿਰ ਉਹਨੂੰ ਫੋਨ ਕੀਤਾ ਜਦੋਂ ਅਸੀਂ ਬੱਸ ਤੋਂ ਉੱਤੇ ਰਹੇ ਹਾਂ ਲਾਹੌਰ ਦਾ ਗੇਟ ਖਲੋਤਾ ਸੀ ਲੈ ਉਹ ਮੇਰੀ ਮਿਸਿਜ ਬੱਚੇ ਸਾਰੇ ਸਨ ਉਹ ਫਿਰ ਆਪਣੀ ਕੋਠੀ ਡਿਫੈਂਸ ਕਲੋਨੀ 'ਚ ਲੈ ਗਏ। ਅਸੀਂ ਉੱਥੇ ਰਹੇ ਹਾਂ ਰੋਟੀ ਪਾਣੀ ਖਾਧੀ ਬੱਚਿਆਂ ਨੇ ਖਰੀਦਾ ਖਰਾਦੀ ਜਿਹੜੀ ਕਰਨੀ ਸੀ ਉਹ ਕੀਤੀ ਕਤਾਈ ਸਾਰਾ ਕੁਛ
ਮੁੜ ਕੇ ਅਸੀਂ ਵਾਪਸ ਆ ਗਏ। ਉਹ ਪਿਆਰ ਜਿਹੜਾ ਅੱਜ ਤੱਕ ਹੁਣ ਅੱਗੇ ਚੱਲਦਾ ਗਿਆ। ਠੀਕ ਹੈ। ਫਿਰ ਪਿੱਛੇ ਅਸੀਂ ਕਰਤਾਰਪੁਰ ਗਏ ਹਾਂ। ਕਰਤਾਰਪੁਰ ਉਹਨਾਂ ਦੀ ਨੂੰਹ ਪੁੱਤਰਾਂ ਨੂੰ ਪੋਤਰਾ ਪਰਿਵਾਰ ਸਾਰਾ ਸਾਡੇ ਪਰਿਵਾਰ ਦੇ ਕੱਪੜੇ ਲੈ ਕੇ ਆਏ। ਸਾਰੇ ਦੇ ਬੇਟੀ ਵੀ ਗਈ ਸਾਰੇ ਮਿਲੇ। ਉਹ ਕਹਿੰਦੇ ਅਸੀਂ ਨਾਨਕੇ ਆਏ ਹਾਂ ਅਤੇ ਨਾਨਕਿਆਂ ਨੂੰ ਮਿਲਣਾ। ਇਹਨਾਂ ਸਕੂਲ ਦੀਆਂ ਟੀਚਰਾਂ ਵੀ ਗਈਆਂ ਸੀ, ਉਹਨਾਂ ਦੇ ਵੀ ਕੱਪੜੇ ਟੀਚਰ ਸੀਗੇ, ਉਹਨਾਂ ਦੇ ਮੇਰੇ ਸੂਟ ਕੁੜਤੇ ਟੈਲੀਫੋਨ 'ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ। ਪਿੱਛੇ ਜੇ ਚੌਧਰੀ ਸਾਹਿਬ ਨੇ ਸੰਤਾਂ ਦੀ ਬਰਸੀ 'ਤੇ ਪ੍ਰੋਗਰਾਮ ਬਣਾਇਆ ਸੀ, ਉਹਨਾਂ ਦੀ ਕੋਈ ਡੈਥ ਹੋ ਗਈ ਜਿਹਦੇ ਕਰਕੇ ਆਏ ਨਹੀਂ। ਹੁਣ ਵੀ ਉਹਨਾਂ ਨੂੰ ਮੈਂ ਕਿਹਾ ਚਿੱਠੀਆਂ ਭੇਜੀਆਂ ਨੇ, ਤੁਸੀਂ ਅੰਬੈਸੀ 'ਚ ਵੀ ਭੇਜਤੀਆਂ ਆਪਣੀ 'ਚ ਵੀ, ਉੱਥੇ ਆਪਣਾ ਦਿੱਲੀ ਉਹਨਾਂ ਨੂੰ ਵੀਜ਼ਾ ਦੇ ਦਿਓ। ਜੇ ਉਹਨਾਂ ਨੂੰ ਵੀਜ਼ਾ ਮਿਲ ਗਿਆ ਫਿਰ ਉਹ ਬੇਗਵਾਲ ਵੀ ਆਉਣਗੇ। ਠੀਕ ਹੈ। ਉੱਥੇ ਵੀ ਆਉਣਗੇ। ਉਹ ਪਰਿਵਾਰ ਆਏ ਹੁਣ ਤੱਕ ਚੱਲਦਾ ਰਹਿੰਦਾ, ਫੋਨ ਆਉਂਦੇ ਰਹਿੰਦੇ ਨੇ ਉਹਨਾਂ ਦੇ, ਰਾਜੀ ਖੁਸ਼ੀ ਸਾਰਾ ਕੁਝ ਪੁੱਛਦੇ ਨੇ। ਇਹ ਸੰਬੰਧ ਬਣਿਆ ਉਹਨਾਂ ਦੇ ਪਿਤਾ ਜੀ ਦਾ ਚੰਗੇ ਤਗੜੇ। ਉਹਨਾਂ ਦੇ ਦੋਸਤ ਲੀਡਰ ਸਨ, ਜੇਦਰ ਮੋਹਨ ਸਿੰਘ ਨਗੋਕੇ, ਜੇਦਰ ਊਧਮ ਸਿੰਘ ਨਗੋਕੇ, ਈਸ਼ਰ ਸਿੰਘ ਮੁਜਾਹਿਰ ਸਮਝ ਗਏ, ਜੇਦਰ ਕਰਤਾਰ ਸਿੰਘ, ਹਾਂਜੀ ਹੋਰ ਬੜੇ ਲੀਡਰ ਉਹਨਾਂ ਨਾਲ ਲੀਡਰਸ, ਹਾਈਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ ਉਹਨਾਂ ਦੇ ਦੋਸਤ, ਫਿਰ ਵੱਡੇ ਵੱਡੇ ਸਰਕਾਰੀ ਅਫਸਰ। ਪੰਜਾਬ ਸਿੰਧ ਬੈਂਕ ਦੇ ਜਿਹੜੇ ਚੇਅਰਮੈਨ ਪਹਿਲੇ ਵੀ ਸੀ ਨਾ ਸਰਦਾਰ ਇੰਦਰਜੀਤ ਸਿੰਘ, ਉਹਨਾਂ ਦੇ ਹੁੰਦਿਆਂ ਪਿਤਾ ਜੀ ਨੇ ਕਮ ਸੇ ਕਮ 200-250 ਬੱਚਿਆਂ ਨੂੰ ਨੌਕਰੀ ਦਵਾਈ ਬੈਂਕ ਦੇ ਵਿੱਚ। ਅਤੇ ਬਾਕੀ ਇਹ ਸੀ ਉੱਠ ਪੈਂਦੇ ਸੀ ਇਸ਼ਨਾਨ ਕੇਸੀ ਕਰਕੇ, ਉਹਨਾਂ ਨੇ ਆਪਣਾ ਨਿਤਨੇਮ ਗੁੜਕੇ ਤੋਂ ਕਰਨਾ। ਠੀਕ ਹੈ। ਭਾਵੇਂ ਉਹਨਾਂ ਨੂੰ ਜਵਾਨੀ ਬਾਣੀ ਕੱਢ ਸੀ, ਕਹਿੰਦੇ ਨਹੀਂ ਗੁੜਕੇ 'ਚ ਮਨ ਟਿਕਿਆ ਰਹਿੰਦਾ, ਇੱਧਰ ਉੱਧਰ ਨਹੀਂ ਜਾਂਦਾ। ਉਸ ਤੋਂ ਬਾਅਦ ਦਸਤਾਰ ਸਜਾ ਲੈਣੀ ਉਹਨਾਂ ਨੇ, ਤਿਆਰ ਪਰ ਤਿਆਰ ਹੋ ਜਾਣਾ। ਹਰਿਮੰਦਰ ਸਾਹਿਬ ਦਾ ਜੇ ਨਗਾਰਾ ਵੱਜਿਆ ਅਤੇ ਦੇਖਿਆ ਵੀ ਦੂਜਾ ਨਗਾਰਾ ਵੱਜ ਗਿਆ, ਤਾਂ ਉਹਨਾਂ ਨੇ ਆਪ ਹਰਿਮੰਦਰ ਸਾਹਿਬ ਸੇਵਾ 'ਤੇ ਚੱਲ ਜਾਣਾ। ਉਹਨਾਂ ਨੇ ਸਮਝ ਲੈਣਾ ਕਿ ਜਿਹੜਾ ਗ੍ਰੰਥੀ ਸਿੰਘ ਦੀ ਡਿਊਟੀ ਹੈ ਉਹ ਲੇਟ ਹੋ ਗਿਆ, ਇਹ ਆਪ ਚਲੇ ਜਾਂਦੇ ਸੀ। ਇਸ ਮਕਾਨ 'ਚ ਵੀ ਆਣ ਕੇ ਕੋਈ 90 ਸਾਲ ਤੋਂ ਲੈ ਕੇ 95 ਸਾਲ ਦੀ ਉਮਰ ਤੱਕ ਪੈਦਲ ਦਰਬਾਰ ਸਾਹਿਬ ਜਾਂਦੇ ਰਹੇ। ਅੱਛਾ। ਮਾਤਾ ਜੀ ਵੀ ਜੋ ਵੀ ਪੈਦਲ ਜਾਣਾ ਦਰਬਾਰ ਸਾਹਿਬ, ਇੱਥੇ ਨਿਤਨੇਮ ਆਪਣਾ ਕਰਕੇ ਪੈਦਲ ਹੀ ਵਾਪਸ ਆਉਣਾ ਉਹਨਾਂ ਨੇ। ਅਤੇ ਸੰਗਤ ਜਿਹੜੀ ਹੁੰਦੀ ਸੀ ਦੁਕਾਨਾਂ 'ਚ ਲੱਗ ਖੁੱਲੀਆਂ, ਪੁੰਜੇ ਉਤਰ ਕੇ ਨੰਗੇ ਪੈਰੀ ਹੋ ਕੇ ਅਤੇ ਨਮਸਕਾਰ ਫਤਿਹ ਕਰ ਬੁਲਾਉਣੀ ਉਹਨਾਂ ਨੇ ਸੰਗਤ ਨੇ ਸਿੰਘ ਸਾਹਿਬ ਨੂੰ, ਵੀ ਇਹ ਗੁਰੂ ਰਾਮਦਾਸ ਦੇ ਵਜ਼ੀਰ ਨੇ, ਉਹ ਜਾ ਰਹੇ। ਇੰਨਾ ਪ੍ਰਭਾਵ ਸੀ, ਇੰਨਾ ਸਤਿਕਾਰ ਸੀ ਉਹਨਾਂ ਦਾ ਕਰਦੇ। 95 ਸਾਲ ਦੀ ਉਮਰ ਦੇ ਵਿੱਚ ਫਿਰ ਉਹਨਾਂ ਨੂੰ ਪੈਰਲਾਈਜ਼ ਦਾ ਅਟੈਕ ਹੋ ਗਿਆ, ਸਾਲ ਖੰਡ ਢੇਰੇ ਮਠੇਰੇ ਫਿਰ ਠੀਕ ਹੋ ਗਏ ਕੰਮ। ਫਿਰ 99 ਦੇ ਵਿੱਚ ਦੁਬਾਰਾ ਅਟੈਕ ਹੋਇਆ ਉਹਨਾਂ ਨੂੰ, ਫਿਰ 2031 ਮਾਰਚ ਨੂੰ ਉਹਨਾਂ ਦਾ ਚੜ੍ਹਾਈ ਕਰਕੇ ਦਿਹਾਂਤ ਹੋ ਗਿਆ ਉਹਨਾਂ ਦਾ। ਅਤੇ ਸੰਤਾਂ ਨਾਲ ਸੀ ਬੇਗੋਵਾਲ, ਅਤੇ ਜਾ ਕੇ ਤੁਸੀਂ ਸੰਤਾਂ ਦਰਸ਼ਨ ਕੀਤੇ ਸੰਤ ਬਾਬਾ ਪ੍ਰੇਮ ਸਿੰਘ? ਮੈਂ ਛੋਟਾ ਸਾਂ, ਮੇਰਾ ਜਨਮ ਇੱਥੇ ਦਾ। ਅੱਛਾ। ਅੰਮ੍ਰਿਤਸਰ ਦਾ ਮੇਰਾ ਜਨਮ। ਮੈਨੂੰ ਮਾੜਾ ਜਿਹਾ ਨਾ ਕੁਛ ਮੈਨੂੰ ਉਹਨਾਂ ਨੇ ਕੁਛੜ ਚੁੱਕਿਆ, ਉਹ 2 ਕੁਰਸੀਆਂ ਸਾਡੇ ਕੋਲ ਮੌਜੂਦ ਨੇ ਜਿੱਥੇ ਆਣ ਕੇ ਸੰਤ ਬਹਿੰਦੇ ਸੀ। ਅੱਛਾ। ਉਹਨਾਂ ਨੂੰ ਮੈਂ ਪਿੱਛੇ ਜੇ ਖਰਾਬ ਹੁੰਦੀਆਂ ਠੀਕ ਠਾਕ ਕਰਾ ਕੇ, ਟਿਪ ਟੋਪ ਕਰਾ ਕੇ, ਉਹਨੇ 1 ਕੁਰਸੀ ਇਹ ਮੰਗਦਾ। ਸੰਤ ਬਾਬਾ ਪ੍ਰੇਮ ਸਿੰਘ ਹੋਰਾਂ ਨੇ
ਨਹੀਂ ਚੱਕੀ ਚਲਾਉਣ ਦੀ ਤੁਸੀਂ ਗੱਲ ਦੱਸਣ ਲੱਗੇ ਵਿੱਚ ਰਹਿ ਗਈ ਆਟਾ ਕਹਿੰਦੇ ਆ ਪੀਂਦੇ ਉਦੋਂ ਪੀਂਦੇ ਪਏ ਪਿਤਾ ਜੀ ਜਦੋਂ ਗਏ ਨੇ ਉਹਨਾਂ ਨੂੰ ਮਰਦੀ ਗੱਲ ਦੱਸ ਦਿਓ ਨਾ ਖੁੱਲ੍ਹ ਕੇ ਜਦੋਂ ਅਮਰਚੰਡੀ ਇਸ਼ਨਾਨ ਕਰਨਾ ਹੁੰਦਾ ਸੀ ਨਾ ਇਸ਼ਨਾਨ ਕਰਨ ਤੋਂ ਬਾਅਦ ਸੰਤ ਜਾ ਕੇ ਆਟਾ ਪੀਂਦੇ ਸੀ ਅਤੇ ਫਿਰ ਕੜਾਹ ਪ੍ਰਸ਼ਾਦ ਬਣਾਉਂਦੇ ਸੀ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਆਪ ਕੜਾਹ ਪ੍ਰਸ਼ਾਦ ਬਣਾਉਂਦੇ ਸੀ ਪਹਿਲਾਂ ਆਟਾ ਪੀਂਦੇ ਅੰਮ੍ਰਿਤ ਵੇਲੇ ਜਾਣਾ ਪਹਿਲੇ ਇਸ਼ਨਾਨ ਕਰਨਾ ਫਿਰ ਆਟਾ ਪੀਣਾ ਆਪਣਾ ਨਿਤਨੇਮ ਕਰਕੇ ਫਿਰ ਉਹਨਾਂ ਆਟਾ ਪੀਣਾ ਠੀਕ ਹੈ ਅਤੇ ਪਿਤਾ ਜੀ ਨੂੰ ਕਹਿਣਾ ਮਹਾਰਾਜ ਦਾ ਪ੍ਰਕਾਸ਼ ਕਰੋ ਠੀਕ ਹੈ ਮੈਂ ਆਉਂਦਾ ਉਹਨਾਂ ਨੇ ਕਿਹਾ ਕਿ ਆਏ ਨਹੀਂ ਅੱਛਾ ਪਿਤਾ ਜੀ ਨੇ ਕਿਹਾ ਪਿਤਾ ਜੀ ਨੇ ਕਿਹਾ ਆਏ ਨਹੀਂ ਅਤੇ ਜਦੋਂ ਗਏ ਉੱਥੇ ਅਤੇ ਮਸਤ ਹੋਏ ਨੇ ਭਗਤੀ ਜੀ ਦੀ ਚੱਕੀ ਚੱਲਦੀ ਅੱਛਾ ਜੀ ਉੱਥੋਂ ਹੀ ਵਾਪਸ ਆ ਗਏ ਵੱਖ ਵੱਖ ਇਤਿਹਾਸਕਾਰ ਲਿਖਦੇ ਕਦੇ ਲਿਖਦੇ ਬਾਬਾ ਮਰਾਲੇ ਵਾਲਿਆਂ ਨੇ ਦੇਖਿਆ ਬਾਬਾ ਬਿਸ਼ਨ ਸਿੰਘ ਜੀ ਨੇ ਕੁਛ ਲਿਖਦੇ ਨੇ ਕਿ ਚੱਕੀ ਇੱਕ ਵਾਰੀ ਨਹੀਂ ਕਿੰਨੀ ਵਾਰੀ ਚੱਲੀ ਪਿਤਾ ਜੀ ਤੋਂ ਨੇੜੇ ਕੋਈ ਨਹੀਂ ਸੀ ਪਿਤਾ ਜੀ ਨੇੜੇ ਕੋਈ ਨਹੀਂ ਸੀ ਜੋ ਕੁਝ ਉਹਨਾਂ ਦੇ ਹਾਲਾਤ ਹਰ ਚੀਜ਼ ਸੀ ਸਭ ਕੁਝ ਉਹਨਾਂ ਨੂੰ ਪਤਾ ਸੀ ਉਹਨਾਂ ਤੋਂ ਨੇੜੇ ਕੋਈ ਨਹੀਂ ਸਹੀ ਗੱਲ ਹੈ